ਅਸੀਂ ਆਏ ਹੋਏ ਹਾਂ ਜੀ ਜੰਮੂ ਸ਼ਹਿਰ ਘੁੰਮਣ। ਹੋਟਲ ਦੇ ਵਿੱਚੋਂ ਤਿਆਰ ਹੋ ਕੇ ਰੂਮ ਦੇ ਵਿੱਚੋਂ ਅਸੀਂ ਹੁਣ ਨਿਕਲੇ ਹਾਂ ਅਤੇ ਅਸੀਂ ਜਾ ਰਹੇ ਹਾਂ ਰਘੁਨਾਥ ਟੈਂਪਲ ਦੇਖਣ ਜੀ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਜੰਮੂ ਸ਼ਹਿਰ ਦੇ ਵਿੱਚ ਨਾ ਜਿਹੜੀ ਮਿਲਟਰੀ ਆ ਜਾਂ ਪੁਲਿਸ ਦੀ ਆ, ਇਹਦੀ ਗਤੀਵਿਧੀ ਬਹੁਤ ਆ। ਜਾਣੀ ਹਰ ਇੱਕ ਚੌਂਕਾਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇਹ ਮਿਲਦੇ ਨੇ, ਪਰ ਤੁਸੀਂ ਯਕੀਨ ਮੰਨਿਓ ਇੱਕ ਵੀ ਪੈਸੇ ਦੀ ਕੋਈ ਟੈਨਸ਼ਨ ਨਹੀਂ, ਦਿੱਕਤ ਨਹੀਂ, ਪਰੇਸ਼ਾਨੀ ਨਹੀਂ ਹੈਗੀ ਅਤੇ ਬਹੁਤ ਆਨੰਦ ਆ ਉਰੇ, ਬਹੁਤ ਵਧੀਆ ਆ ਇਹ। ਤੁਹਾਨੂੰ ਵੀ ਆਪਣੀ ਫੈਮਿਲੀ ਦੇ ਨਾਲ ਜੀ ਜ਼ਰੂਰ ਇਸ ਸ਼ਹਿਰ ਨੂੰ ਵਿਜ਼ਿਟ ਕਰਨਾ ਚਾਹੀਦਾ ਆ, ਘੁੰਮਣਾ ਚਾਹੀਦਾ ਆ। ਮੋਰਨਿੰਗ ਟਾਈਮ ਆ, ਅਸੀਂ ਜਾ ਰਹੇ ਹਾਂ ਰਘੁਨਾਥ ਟੈਂਪਲ ਵੱਲ ਨੂੰ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ 'ਤੇ ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਆਏ ਹਾਂ ਵਿਜ਼ਿਟ ਕਰਨ ਸ਼੍ਰੀ ਰਘੁਨਾਥ ਜੀ ਟੈਂਪਲ ਨੂੰ। ਅਸੀਂ ਜੰਮੂ ਸ਼ਹਿਰ ਦੇ ਵਿੱਚ ਆਏ ਹੋਏ ਹਾਂ ਜੀ। ਅਸੀਂ ਜੰਮੂ ਸ਼ਹਿਰ ਦੇ ਜਿਹੜੇ ਮੇਨ ਪਲੇਸ ਨੇ, ਧਾਰਮਿਕ ਸਥਾਨ ਨੇ, ਆਪਾਂ ਉਹ ਸਾਰਿਆਂ ਦੇ ਦਰਸ਼ਨ ਕਰਾਂਗੇ ਜੀ, ਉਹਨਾਂ ਨੂੰ ਵਿਜ਼ਿਟ ਕਰਾਂਗੇ, ਉਹਨਾਂ ਨੂੰ ਘੁੰਮਾਂਗੇ ਜੀ। ਆਪਾਂ ਜੰਮੂ ਸ਼ਹਿਰ ਦੀ ਸ਼ੁਰੂਆਤ ਜੀ ਰਘੁਨਾਥ ਟੈਂਪਲ, ਜਿਹਨੂੰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਮੰਦਿਰ ਵੀ ਕਿਹਾ ਜਾਂਦਾ ਜੀ, ਅਤੇ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਆ ਕਹਿੰਦੇ ਇਸ ਮੰਦਿਰ ਦੇ ਵਿੱਚ ਜੀ। ਆਪਾਂ ਇਸ ਸਾਰੇ ਮੰਦਿਰ ਦੇ ਦਰਸ਼ਨ ਕਰਾਂਗੇ, ਇਸ ਨੂੰ ਘੁੰਮਾਂਗੇ ਜੀ। ਵੀਡੀਓ ਬਿਨਾਂ ਸਕਿੱਪ ਕੀਤੇ ਹੋਏ ਸਾਡੀ ਪੂਰੀ ਜ਼ਰੂਰ ਦੇਖਿਓ ਜੀ। ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਆ ਜਾਓ ਚੱਲਦੇ ਹਾਂ ਆਪਾਂ ਇਸ ਮੰਦਿਰ ਦੇ ਦਰਸ਼ਨ ਕਰਦੇ ਹਾਂ ਜੀ। ਇਹ ਆਪਾਂ ਪਹੁੰਚ ਚੁੱਕੇ ਹਾਂ ਜੀ ਰਘੁਨਾਥ ਮੰਦਿਰ ਵਿਖੇ ਜੀ, ਬਿਲਕੁਲ ਰੋਡ ਦੇ ਉੱਤੇ ਸਥਿਤ ਆ ਜੀ ਇਹ। ਚੱਲਦੇ ਹਾਂ ਆਪਾਂ ਇੱਥੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਮੰਦਿਰ ਦੇ। ਬਾਜ਼ਾਰ ਕੁਛ ਬੰਦ ਆ ਹਲੇ, ਕਿਉਂਕਿ ਅਸੀਂ ਮੋਰਨਿੰਗ ਟਾਈਮ ਹੀ ਆ ਗਏ ਫਸਟ, ਇਸ ਕਰਕੇ ਪਹਿਲਾਂ ਮੰਦਿਰ ਦੇ ਸ਼ੁਰੂਆਤ ਕਰਦੇ ਹਾਂ, ਦਰਸ਼ਨ ਕਰਦੇ ਹਾਂ ਪਹਿਲਾਂ ਮੰਦਿਰ ਦੇ। ਇਹ ਆ ਜੀ ਇਸ ਜਗ੍ਹਾ 'ਤੇ ਆਪਾਂ ਆਪਣਾ ਜੋੜਾ ਉਤਾਰ ਸਕਦੇ ਹਾਂ ਜੀ। ਇਸ ਜਗ੍ਹਾ ਜੋੜਾ ਜਮ੍ਹਾਂ ਕਰਾ ਕੇ ਫਿਰ ਆਪਾਂ ਅੰਦਰ ਮੰਦਿਰ ਦੇ ਦਰਸ਼ਨ ਨੂੰ ਜਾ ਸਕਦੇ ਹਾਂ ਜੀ। ਆਓ ਚੱਲਦੇ ਹਾਂ ਰਾਮ ਚੰਦਰ ਜੀ ਦੇ ਮੰਦਿਰ ਦੇ ਦਰਸ਼ਨ ਕਰਦੇ ਹਾਂ ਜੀ। ਆਈਏ, ਅਬ ਜਾਣਤੇ ਹੈ ਪੰਡਿਤ ਜੀ ਸੇ ਇਸ ਮੰਦਿਰ ਦੇ ਬਾਰੇ ਵਿੱਚ, ਇੱਥੇ ਕੀ ਇਤਿਹਾਸ ਹੈ ਜੀ। ਜੇ ਜੋ ਰਘੁਨਾਥ ਮੰਦਿਰ ਹੈ, ये भगवान श्री राम जी के नाम से प्रसिद्ध है और इस मंदिर की जो निर्माण कार्य है वो महाराजा गुलाब सिंह ने इसकी नींव रखी और रणवीर सिंह जो राजा हुए उनके बेटे, उन्होंने इन सभी मंदिरों का जो है निर्माण किया और इसमें लगभग 365 मूर्तियां हैं और 12.25 लाख जो शालिग्राम हैं वो लगाए गए हैं और बहुत ही भव्य विशाल ये रघुनाथ मंदिर है। पंडित जी, एक ऐसा शिवलिंग मैं पहले कदे नहीं देखा जी, इस जगह पे बड़ा बड़ा शिवलिंग स्थापित किया हुआ जी। इसका हमें जो बताया गया है 90 मन 36 क्विंटल इसका वेट है और इसकी 7 फुट हाइट है और ये महाराजा रणवीर सिंह ने आज से 170 साल पहले इसकी स्थापना यहाँ पर विराजमान की है। इसी तरह जो है बहुत सुंदर सुंदर यहाँ पर विशाल प्रतिमाएं जो महाराजा रणवीर सिंह द्वारा यहाँ पर स्थापित की गई हैं, जैसे आप भगवान श्री राम जी का मंदिर हो गया 33 करोड़ देवता, उसके बाद बाहर की परिक्रमा में भगवान विष्णु
गणेश जी, भरत शत्रुघ्न और नरसिंह भगवान, राधा कृष्ण, वामन भरा और नवदुर्गा, माशकश और फिर आगे विराट स्वरूप भगवान शंकर, सत्यनारायण, फिर जो हमारे स्फटिक मणि ट्रांसपेरेंट जो शिवलिंग है उनके दर्शन हैं, उसके बाद साईं बाबा महाराजा गुलाब सिंह की जो स्मारक है, उसके बाद हमारे हनुमान जी, फिर आगे आगे गायत्री माता और जो लास्ट में महाराजा रणवीर सिंह ने जो भव्य शिवलिंग की स्थापना की है, और कार्तिक स्वामी और महाकाली की यह सारे मंदिर जो है रघुनाथ मंदिर के अंदर स्थित हैं। मैं जो भी भाई बहन इस चैनल को देखने वाले हैं उनसे ये विनम्र प्रार्थना करता हूँ कि आप सभी रघुनाथ परिसर में आकर भगवान के दर्शन करके पुण्य के भागी बने। बोलो जय श्री राम। जय श्री राम। आओ चलते हैं जी, हुण भगवान श्री रामचंद्र जी दे मंदिर दे दर्शन करते हैं जी। तुसी मंदिर दी टाइमिंग देख सकते हो जी, चलते हैं अंदर नूं जी। ए जी मंदिर दे बाहर ही परिक्रमा दे विच बने हुए मंदिर ने जी, जड़े जड़े भी उरे मंदिर बने हुए ने ए उहनां बारे दस्सिया गया जी, ते इदां इदां जिदां तीर लग्या होया निशान ना इसे तरह तुसी इन्हां दे दर्शन कर सकते हो जी। ते आ हिंदी दे विच समां लिखिया होया आ, ये भी तुसी पढ़ सकते हो वी मंदिर किन्ने बजे खुलदा आ किन्ने बजे बंद हुंदा आ, ते तुसी उस हिसाब नाल इत्थे दर्शन करन आ सकते हो जी। आ जाओ आपां हुण चलदे आ इस विशाल मंदिर दे अंदर जी, ते दर्शन करदे आ जी। मंदिर विच एंटर होण समय ओम दे सिंबल्स नूं इत्थे लटकाया होया जी। इस जगह उपर श्री माता वैष्णो देवी जी का मंदिर भी बनया होया जी, आओ आप सारे मिलके दर्शन करते हैं। जानी वैष्णो देवी माता जी का मंदिर आ जड़ा कटड़ा दे विच स्थित आ है ना, पर इस जगह भी उसकी स्थापना की गई आ, बनाया गया आ माता वैष्णो देवी जी का मंदिर जी। आप चलते थोड़े अगे नूं दर्शन करते हैं। जेकर किसी की कोई मनोकामना हुंदियां ने तां वो इस जगह उपर चिट्ठी दे रूप विच लिख जांदे ने जी। जिवें किसी का कोई विआह नहीं हुंदा, मैरिज वगैरह नहीं हुंदी, काम दे विच कोई रुकावट आ जां बच्चा नहीं हुंदा, कोई परेशानी हुंदी आ, तां माता जी नूं अपनियां चिट्ठियां लिख के जांदे ने जी, ते उहनां दी मनोकामनावां पूरियां हुंदियां ने जी। ये देख सकदे हो तुसीं उरे किसी का बेटा गुम हो जांदा आ जां कुछ हो ना, वह भी उरे फोटो लाउंदे ने। आओ जी हुण बारी परिक्रमा करदे हैं जी, श्री लक्ष्मी नारायण जी, श्री सत्य नारायण जी ते इत्थे मंदिर बनिया होया जी। जिवें आपां पहलां गल करके हटे आ ना, परिक्रमा दे विच बहुत ज़्यादा मंदिर स्थापित कीते हुए ने, बने हुए ने, जणी कहा जांदा वी 33 करोड़ देवी देवतियां दा वास आ जी इस मंदिर दे विच, इस जगह दे उत्ते तुसीं दर्शन कर सकदे हो बिना स्किप किए हुए। साड़ी ये वीडियो पूरी जरूर देखियो जी। ये है जी इत्थे मंदिर दे विच बहुत ही वड्डा अते विशाल गलियारा, बहुत ही विशाल मंदिर दी इमारत बनाई हुई है, बहुत ही वड्डा मंदिर बनया हुआ जी। श्री गणेश जी, श्री नटराज जी अते श्री बंगला मुखी जी का मंदिर भी इस जगह ते स्थापित है जी। आप दर्शन करते हैं। ये मंदिर का उद्घाटन लिखा हुआ है ना जी। अच्छा भी लिखा हुआ है 38 अप्रैल 1979।
16 ਵਿਸਾਖ ਨੂੰ ਇਸ ਮੰਦਿਰ ਦਾ ਉਦਘਾਟਨ ਹੋਇਆ ਸੀ ਜੀ। ਬਸ ਫਟੀ ਕਰਤੀ ਗਣੇਸ਼ ਨਟਰਾਜ ਬਗਲਾਮੁਖੀ ਮਾਤਾ ਅਸ਼ਟ ਧਾਤੂ ਦੀ ਪ੍ਰਤਿਮਾ ਹੈ। ਅੱਛਾ ਠੀਕ ਹੈ। ਸੋਨਾ ਚਾਂਦੀ ਜਸ ਲੋਹਾ ਤਾਂਬਾ ਇਸੇ ਇਤਿਆਦਿ ਸਭ ਅਸ਼ਟ ਧਾਤੂ ਇਸ ਫਟਿਕ ਮਣੀ पीछे जो ज्योति दिख रही है। हाँ जी बच्चे ज्योति। हाँ जी बीच में जो ज्योति दिख रही है नाग दिख रहा है। हाँ जी ये नाग ज्योति पीछे है। अच्छा जी ये आर पार दिखने वाला है। मैं अपनी जिंदगी दे विच जी इस इदां दे शिवलिंग दे दर्शन नहीं किए। अज पहली बार कर रहा हाँ। देखो तुसी आर पार दिंदा आ ज्योत आ विच साथ में है ना एक। हाँ जी सर छोटा शिवलिंग जो कि ट्रांसपेरेंट है देख सकते हो जी। ये छोटे आकार का सी पुराने एक प्राचीन शिवलिंग आप देखते हैं जी। मंदिर श्री गुरु दत्तात्रेय जी श्री साईं बाबा जी। ये साईं बाबा जी का मंदिर बनया हुआ जी इस जगह के उत्ते। आज आप हूँ उस ना प्राचीन शिवलिंग के ट्रांसपेरेंट के दर्शन करते हैं जोड़ा बहुत ही पुराना महाराजा श्री गुलाब सिंह जी की ਯਾਦਗਾਰ ਬਣੀ ਹੋਈ ਹੈ ਇਸ ਜਗ੍ਹਾ ਦੇ ਉੱਤੇ ਜੀ। ਤੇ ਉਹ ਆ ਸ਼ਿਵਲਿੰਗ ਜੀ। ਇਹ ਪ੍ਰਾਚੀਨ ਸ਼ਿਵਲਿੰਗ ਹੈ ਟ੍ਰਾਂਸਪੇਰੈਂਟ ਆ ਇਹ। ਹਾਂਜੀ ਤੁਸੀਂ ਦਰਸ਼ਨ ਕਰ ਸਕਦੇ ਆਪਾਂ ਸਾਰੇ ਜਣੇ ਜੀ। ਯਾਨੀ ਜਦੋਂ ਤੁਸੀਂ ਜੰਮੂ ਸ਼ਹਿਰ ਨੂੰ ਵਿਜ਼ਿਟ ਕਰਨਾ ਹੋ ਤਾਂ ਇਸ ਮੰਦਿਰ ਦੇ ਸ਼੍ਰੀ ਰਘੂਨਾਥ ਮੰਦਿਰ ਦੇ ਦਰਸ਼ਨ ਜ਼ਰੂਰ ਕਰਿਓ ਜੀ। ਆਪਾਂ ਸਭ ਨੇ ਮਿਲ ਕੇ ਵਿਜ਼ਿਟ ਕਰ ਲਿਆ ਹੈ ਸ਼੍ਰੀ ਰਘੂਨਾਥ ਜੀ ਟੈਂਪਲ ਨੂੰ। ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ। ਹੁਣ ਆਪਾਂ ਮਿਲਾਂਗੇ ਜੰਮੂ ਦੇ ਕਿਸੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ ਬੜੇ ਸਾਡੇ ਨਾਲ ਪੂਰੇ ਜੰਮੂ ਦੇ ਇਸ ਸਫ਼ਰ ਵਿੱਚ ਜੀ। ਤਦ ਤੱਕ ਲਈ ਜੀ ਬਾਏ।